ਹਾਂਜੀ ਕਿਦਾਂ ਫਿਰੇ ਵੈਲਕਮ ਬੈਕ ਟੂ ਦੀ ਚੈਨਲ ਗਾਇਜ਼ ਤੇ ਅੱਜ ਆਪਾਂ ਰਿਐਕਟ ਕਰਨ ਜਾ ਰਹੇ ਹਾਂ ਕਾਈਂਡ ਆਫ ਰੋਸਟ ਕਰਨ ਜਾ ਰਹੇ ਹਾਂ ਕਰਨ ਔਜਲਾ ਦਾ ਨਾ ਇੱਕ ਬਹੁਤ ਫਨੀ ਲਾਈਵ ਆਇਆ ਵਾ ਸੰਗਤਾਰ ਨਾਲ ਬੈਠਾ ਉਹ ਤੇ ਇੱਕ ਬੜੀ ਖੱਪ ਪਈ ਉਹਨਾਂ ਨੇ ਤੇ ਮੂੰਹ ਚੋਂ ਗਾਲ ਗਲ ਵੀ ਨਿਕਲ ਗਈ ਸੋ ਵਿਦਆਊਟ ਵੇਸਟਿੰਗ ਯੂਰ ਇੰਟਰਨੈਟ ਡਾਟਾ ਪਲਾਨਸ ਐਂਡ ਪ੍ਰੀਸ਼ੀਅਸ ਟਾਈਮ lettes react on karan aujla's live ਆਯੂ ਪਹਿਲਾਂ ਲੱਬਲਾ ਮੈਂ ਇਧਰੋਂ ਖਾੜ ਜੋ ਲੋ ਜੀ ਆਪਾਂ YouTube ਤੇ ਦੇਖਦੇ ਹਾਂ ਇਹ ਮੈਂ ਖੋਲਿਆ ਸੀਗਾ ਇਹ ਕਰਨ ਔਜਲਾ ਦੇ ਮੇਨ ਚੈਨਲ ਤੇ ਪਿਆ ਵਾ ਮੈਨੂੰ ਲੱਗਦਾ ਇਹਨੇ ਨਾ ਕੱਟ ਕਰਕੇ ਪਾਇਆ ਹੋਣਾ ਸੋ ਆਪਾਂ ਕਿਤੇ ਹੋਰ ਲੱਭਦੇ ਹਾਂ ਕਿਸੇ ਹੋਰ ਚੈਨਲ ਤੇ ਜ ਬਾਕੀ ਆਪਾਂ ਸਵਾਦ ਲਿਆ ਦੇਣਾ ਖੱਪ ਦੇ ਉੱਤੇ ਖੱਪ ਪਲੱਸ ਕਰ ਦੇਣੀ ਹੈ ਤੇ ਲਾਈਵ ਰੋਸਟਿੰਗ ਚੱਲੂਗੀ ਅੱਜ ਕਰਨ ਔਜਲਾ ਬਾਈ ਨੇ ਕਿਹਾ ਤੂੰ ਔਜਲਾ ਹੋ ਕੇ ਯਾਰ ਮੈਨੂੰ ਹੀ ਰੋਸਟ ਕਰੀ ਜਾਣਾ ਚੰਗੀ ਗੱਲ ਹੈ ਤੇਰੇ ਲਈ ਕਰਨ ਆਪਾਂ ਯਾਰ ਫਿਨਿਸ਼ ਆਨ ਕਰਦੇ ਆਂ ਉਦਾਂ ਬਈ ਪਰਸਨਲੀ ਕੁਝ ਨਹੀਂ ਵੀ ਬਾਈ ਵੀ ਜਿਵੇਂ ਨਾ ਪੂਰਾ ਕੈਮ ਜਾ ਹੋ ਗਿਆ ਘੈਂਟ ਜਾ ਹੋ ਗਿਆ ਲਾਈਵ ਆ ਜਾਂਦਾ ਤਾਂ ਆਪਾਂ ਬਸ ਮੜਾ ਮੋੜਾ ਰਿਐਕਟ ਕਰ ਦਾਂਗੇ ਉੱਤੇ ਫੁੱਲ ਸਟ੍ਰੀਮ ਆ ਕਿਸੇ ਨੇ ਪਾਇਆ ਹੋਇਆ 3 ਮਹੀਨੇ ਪਹਿਲੇ ਵਾਲਾ ਨਹੀਂ ਇਹਲਾ ਨਹੀਂ ਲੇਟੈਸਟ ਚਾਹੀਦਾ ਆਪਾਂ ਨੂੰ ਪੰਜਾਬੀ ਗਿਆਨ ਇਹ ਵੀ ਇਹਨੇ ਛੋਟਾ ਪਾਇਆ ਹੋਇਆ ਉਹ ਤੇਰੀ ਭੈਣ ਦੀ ਆਂ ਛੋਟੇ ਲੋ ਜੀ ਕਰਨੋਲਾ ਸਾਡੇ ਤੇਰੀ ਭੈਣ ਦੀ ਓਏ ਅਜੋ ਰਿਐਕਸ਼ਨ ਘੈਂਟ ਸੀਗਾ ਤੇਰੀ ਭੈਣ ਦੀ ਉਹਨੂੰ ਪਤਾ ਲੱਗਿਆ ਉਹ ਹੀ ਉਹ ਗਾਹ ਨਿਕਲ ਗਈ ਮੂੰਹ ਚ ਓਏ ਕਲੀਂਦੀ ਆ ਰਹੀ ਹੁੰਦੀ ਤੇ ਕਲੀਂਦੀ ਨਾ ਸ਼ੂਅਲਨੈਸ ਹੋ ਗਈ ਤੇਰੀ ਭੈਣ ਦੀ ਲੌਂਗ ਵਾਰਡ ਲੌਂਗ ਵਾਰਡ ਪਰ ਬੀ ਆ ਗਿਆ ਜਾਂ ਤਾਂ ਬੈਠਾ ਹੈ ਜਾਂ ਤਾਂ ਕੈਨ ਹੈ ਯਾ ਯਾ ਚੁੱਪ ਕਰਦਾ ਤੀ ਹੁਣ ਇਹ ਮੈਨੂੰ ਸਮਝ ਨਹੀਂ ਆਇਆ ਲਾਸਟ ਵਾਲਾ ਯਾਰ ਦੁਬਾਰਾ ਤੂੰ ਟੈਂਕਾਂ ਟੈਂਕਾਂ ਮਤਲਬ ਕੀ ਯਾ ਤੂੰ ਟੈਕ ਹੈ ਪਰ ਵਧੀਆ ਰਹਾ ਯਾ ਯਾ ਤੂੰ ਟੈਕ ਹੈ ਕੀ ਕਹਿੰਦਾ ਯਾਰ ਤੂੰ ਵਧੀਆ ਰਹਾ ਯਾ ਯਾ ਤੂੰ ਟੈਕ ਹੈ ਯਾ ਤੂੰ ਟੈਕ ਹੈ ਯਾਰ ਤੂੰ ਟੈਂਕ ਟਟਾ ਟੈਂਕ ਮਤਲਬ ਕੀ ਵਨ ਸਮਝ ਨਹੀਂ ਲੱਗਿਆ ਯਾਰ ਤਾ ਲੈ ਕਮੈਂਟ ਕਰਕੇ ਦੱਸੋ ਯਾਰ ਮੈਨੂੰ ਨਹੀਂ ਸਮਝ ਲੱਗਿਆ ਕਮੈਂਟ ਪੜਦੇ ਆਪਾਂ ਆਲ ਰਾਉਂਡ ਟੌਪ ਚਿੱਲ ਮੋਡ ਔਨ ਪਤੰਦਰ ਐਨਕ ਲਾਈ ਬੈਠਾ ਸਾਈਡ ਬਾਈ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੇ ਤੇਰੀ ਉਹ ਭੈਣ ਦੀ ਮੈਨੇ ਜੂਨ ਇਟ ਵਾਸ ਜੂਨ ਮੂਵੀ ਕਰਕੇ ਆਇਆ ਸੀਗਾ ਯਾਰ 2022 ਦੀ ਜੂਨ ਆ ਨਾ 2022 ਦੀ ਜੂਨ ਚ ਅਸੀਂ ਦੋ ਤਿੰਨ ਗਾਣੇ ਬਣਾਏ ਸੀ ਅੱਠ ਤੋਂ ਤਾਂ ਵੱਧ ਗਾਣੇ ਪਏ ਆ ਪਰ ਆਪਾਂ ਸਾਰੇ ਬੈਸਟ ਗਾਣੇ ਅੱਠ ਗਾਣੇ ਕਰਦੇ ਨੇ ਜਿਹੜੇ ਤੇਰੀ ਹੀਤ ਨਹੀਂ ਉਹਨਾਂ ਕਰਾਉਣੀ ਉਹ ਜਿਹੜੀ ਬਾਰ ਬਾਰ ਗੀ ਜਾਂਦੇ ਨੇ ਮੈਂ ਕਿਸਾ ਮੇਬੀ ਦੈਟਸ ਅ ਡ੍ਰੀਮ ਮੈਨ ਦੈਟਸ ਸੁਪਰ ਆਈ ਫੀਚਰਿੰਗ ਉਹਦੀ ਗੱਲ ਕਰਦੇ ਸੀ ਮੀਆ ਖਲੀਫਾ ਦੀ ਕਹਿੰਦਾ ਤੇਰੀ ਫੀਚਰਿੰਗ ਮੀਆ ਖਲੀਫਾ ਨਾਲ ਹੋਣੀ ਆ maybe disaster man disaster <laughs> <bad> <laughs> <पड़ा laughs> यार तू <तुपाई> पहले <ला> <laughs> <laughs> यार यार तू पहले यार मैं भाई तेरे थोनू चलो बाकी ਗੱਲਾਂ ਬਾਤ ਕਰਾਂਗੇ ਇੱਥੇ ਵਧੀਆ ਕਨਵਰਸੇਸ਼ਨ ਆਪਣੀ ਸਟਾਰਟ ਹੋ ਰਹੀ ਆ ਆਈ ਵਾਂਟ ਟੂ ਲੈਟ ਪੀਪਲ ਨੋ ਅਬਾਊਟ ਯਰ ਬਚਪਨਾ ਨਾ ਬੰਦਾ ਕੋਈ ਵੀ ਦੇਖਦਾ ਅੱਗੇ ਵੀ ਮੈਂ ਆਪਣੀਆਂ ਪਹਿਲੀਆਂ ਸਟ੍ਰੀਮਸ ਦੀ ਗੱਲ ਕਰਦਾ ਹੁੰਦਾ ਮੈਂ ਕਿਹਾ ਵੀ ਆਰ ਵੀ ਬੰਦਾ ਵੀ ਕੋਈ ਵੀ ਆਰਟਿਸਟ ਹੈ ਹੁਣ ਤੂੰ ਵੀ ਆਰਟਿਸਟ ਹੈ ਉਹ ਸ਼ਾਇਦ ਮੇਬੀ ਆਮ ਰੰਗ ਸ਼ਾਇਦ ਤੇ ਨੂੰ ਵੀ ਨਹੀਂ ਪਤਾ ਲੱਗਿਆ ਤੂੰ ਕਦੋਂ ਆਰਟਿਸਟ ਬਣ ਗਿਆ ਉਹਨੂੰ ਆਪ ਨਹੀਂ ਹੁਣੇ ਪਤਾ ਮੈਂ ਹੈਗਾ ਆਰਟਿਸਟ ਉਹ ਤਾਂ ਨਾਰਮਲ ਆਦਾ ਹੁੰਦਾ ਨੂੰ ਸਵਾਲ ਲੈ ਰਿਹਾ ਯਾ 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 ਇਹਨਾਂ ਯੂਸੂਅਰ ਹੈਵਨ ਫਨ ਦਿਸ ਨਾ ਦਿਸ ਆਈ ਫੀਲ ਲਾਈਕ ਮੋਸਟ ਆਫ ਦ ਪੀਪਲ ਇਦਾਂ ਸ਼ੁਰੂ ਹੁੰਦਾ ਪਹਿਲਾਂ ਸਾਨੂੰ ਤੋਂ ਹੀ ਗੱਲ ਸ਼ੁਰੂ ਹੁੰਦੀ ਪਰ ਦੇਖੋ ਯਾਰ ਗੰਦੀ ਨਹੀਂ ਲੱਗੀ ਨਾ ਉਹਦੀ ਵੀਡੀਓ ਕਰਨ ਜੇ ਬੈਨ ਪਤਾ ਆਪਾ ਯਾਰ ਦੋਸਤਾਂ ਚ ਖਾਪ ਕੋਪ ਪਾਈਦੀ ਆ ਤਾਂ ਬਈ ਆ ਵਧੀਆ ਚੀਜ਼ ਆ ਆਰਗੇਨਿਕ ਜੀ ਚੀਜ਼ ਲੱਗੀ ਮੈਨੂੰ ਵਧੀਆ ਕਰਨੇ ਖਿੱਚ ਕੇ ਰੱਖ ਕੰਮ ਉਹਦਾ ਤਾਂ ਖਿੱਚੇ ਹੀ ਹੋਇਆ ਤੂੰ ਆਪਦਾ ਦੇਖ ਉਹਨੇ ਐਂ ਰਿਪਲਾਈ ਕਰਨਾ ਹੀ ਭਾਈ ਮੇਰਾ ਤਾਂ ਠੀਕ ਚੱਲ ਜੀ ਜਾਂਦਾ ਤੂੰ ਆਪਦਾ ਦੇਖ ਯਾਰ ਕਹ ਪੂਰੀ ਪੂਰੀ ਵੀਡੀਓ ਦੇਖੇ ਨੇ ਕੱਟ ਕੇ ਭ ਤੂੰ ਤੁਸੀਂ ਲਾਈਵ ਦੇਖ ਸਕਦੇ ਹੋ ਕਰਨ ਔਜਲਾ ਲਾਈਵ ਆਪਾਂ ਫਾਸਟ ਕਰਕੇ ਦੇਖ ਲੈਂਦੇ ਆ ਤੁਹਾਨੂੰ ਜਿਆਦਾ ਬੋਰ ਬੋਰ ਨਹੀਂ ਕਰਾਂਗੇ ਇਸ ਕਮਿੰਗ ਅਲੋਂਗ ਰਾਈ ਹੇਅਰ ਆਫਟਰ T40 ਹੁਣ ਮੈਂ ਆਪਦੀ ਨਾਮ ਕਹਦਾ ਜਿਹੜੀ ਆਪਾਂ ਨਹੀਂ ਕਹ ਸਕਦੇ ਤੂੰ ਆਪਾਂ ਪਹਿਲਾ ਅੱਖਰ ਕਹਦਾ ਹੈ ਆਪਾਂ T40 ਸਮਝ ਗਏ ਤੇ ਹਾਂ ਬਾਬੇ ਐਲਬਮ ਯਾਰ ਵਧੀਆ ਚੱਲ ਰਹੀ ਆ ਸੰਤਾਰ ਜੀ ਤੂੰ ਦੇਖਿਆ ਹੀ ਆ ਲਾਸਟ ਈਅਰ ਵੀ ਆਪਾਂ ਇਕੱਠੇ ਸੀਗੇ ਜਿਵੇਂ ਲੋਕਾਂ ਨੂੰ ਆਉਂਦਾ ਵੀਖਣੇ ਇੱਕ ਤਾਂ ਵੀ ਬਣ ਜਾਂਦਾ ਤੈਨੂੰ ਦੇਖ ਲਾਪਾ ਨੂੰ ਕਿੰਨਾ ਟਾਈਮ ਆਪਾਂ ਦੋ ਤਿੰਨ ਗਾਣੇ ਉਦੋਂ ਵੀ ਬਣਾਏ ਲਾਸਟ ਈਅਰ ਸਾਹਮਣੇ ਵਾਸ ਐਲਬਮ ਨੂੰ ᱱੋ ਟਾਈਮ ਲੱਗਦਾ ਯ ਕੁਝ ਆ ਰਿਹਾ ਵਾ ਹੁਣ ਮੈਂ ਕੀ ਦੱਸਾਂ ਵਿਚਰਸ਼ ਮੁੰਡਾ ਸ਼ਰਮ ਆ ਗਿਆ ਤੇ ਮੈਂ ਜਲਦੀ ਯਾਰ ਅਨਾਉਂਸਮੈਂਟ ਦਊਂਗਾ ਜਦੋਂ ਕੋਈ ਚੀਜ਼ਾਂ ਹੋਣ ਗਈ ਹੈ ਐਲਬਮ ਨੂੰ ਨਾ ਬਹੁਤ ਟਾਈਮ ਲੱਗਦਾ ਯਾਰ ਕਿਉਂਕਿ ਯੂ ਹੈਵ ਟੂ ਰਾਈਟ ਲਿਰਿਕਸ ਕੰਪੋਜੀਸ਼ਨ ਆਫ ਦੀ 뮤직 ਬੰਦਾ ਦੁਬਾਰਾ ਦੁਬਾਰਾ 뮤직 ਚੇਂਜ ਹੁੰਦਾ ਉਸ ਤੋਂ ਬਾਅਦ ਉਹਦੀ ਮਾਸਟਰ ਹੁੰਦਾ ਉਸ ਤੋਂ ਬਾਅਦ ਐਡਲਿਪਸ ਹੁੰਦੇ ਨੇ ਬਹੁਤ ਕੁਝ ਮਤਲਬ ਪ੍ਰੋਸੈਸ ਆ ਉਸ ਤੋਂ ਬਾਅਦ ਵੀਡੀਓ ਤੇ ਕੰਮ ਚੱਲਦਾ ਵਾ ਸੋ ਮਤਲਬ ਜੇ ਤੇਜ਼ ਤੇਜ਼ ਵੀ ਬੰਦਾ ਕੰਮ ਕਰੇ ਜਿਵੇਂ ਕਰਨ ਆਇਲ ਹੈ ਦੀ ਸਪੀਡ ਬਹੁਤ ਐਲਬਮ ਬਣਾਉਂਦੀ ਫਿਰ ਵੀ 3 ਮਹੀਨੇ ਲੱਗ ਜਾਂਦੇ ਨੇ ਤੇ ਕਈ ਤਾਂ ਫਿਰ ਇੱਕ ਗਾਣੇ ਨੂੰ ਵੀ 2-2 ਸਾਲ ਲਾ ਦਿੰਦੇ ਵੀ ਮੈਂ 2 ਸਾਲ ਗਾਣਾ ਆਪਣੇ ਕੋਲ ਰੱਖਿਆ ਇੱਕ ਸਿੰਗਰ ਹੈਗਾ ਜਿਹਨੇ 2 ਸਾਲ ਬਾਅਦ ਉਹ ਗਾਣਾ ਉਹਨੂੰ ਤਿਆਰ ਕਰਕੇ ਚੰਗੀ ਤਰ੍ਹਾਂ ਫਿਰ ਰਿਲੀਜ਼ ਕੀਤਾ ਸੀਗਾ 2 ਸਾਲ ਤੇ ਇੱਥੇ ਫਿਰ ਸਿੱਧੂ ਮੂਸੇ ਵਾਲਾ ਦੀ ਯਾਦ ਆ ਜਾਂਦਾ ਯਾਰ ਜਿਹੜਾ ਮਤਲਬ ਵੀ ਸਵੇਰੇ ਰਿਕਾਰਡ ਕਰਦਾ ਈ ਸ਼ਾਮ ਨੂੰ ਰਿਲੀਜ਼ ਹੋਣਾ ਇਹੋ ਜੀ ਗੱਲ ਬਾਤ ਚਲ ਆਪਾਂ ਇਧਰ ਨਹੀਂ ਗਾ ਬੇ ਰੋਕ ਕੇ ਦੇਖ ਲਾਂਗੇ ਕੀ ਚੱਲ ਰਿਹਾ ਹੋਰ ਫੇਰ ਸੰਤਾਰ ਸਿੰਘ ਕੀ ਹਾਲ ਹੈ ਨਾ ਬੜੀ ਹਾਸਾ ਆਪੋਂ ਕਮਿੰਗ ਅਲੋਂਗ ਯਾਦ ਇਹ ਸੰਗਤਾਰ ਘੈਂਟ ਹਨ ਆ ਦੀਆਂ ਵੀਡੀਓ ਦੇਖੀਆਂ ਨੇ ਥੋੜੀਆਂ ਜਿਹੀਆਂ ਲੁਚੀਆਂ ਹੁੰਦੀਆਂ ਦੀਆਂ ਵੀਡੀਓ ਤੇ ਪਰ ਘੈਂਟ ਹੁੰਦੀਆਂ ਗੋਮੇੜੀ ਹੁੰਦੀਆਂ ਨੇ ਮੈਂ ਦੇਖੀਆਂ ਨੇ ਸੰਗਤਾਰ ਬਾਈ ਦੀਆਂ ਸੰਗਤਾਰ ਸਿੰਘ ਇਸ ਕਮਿੰਗ ਅਲੋਂਗ ਆਈ ਹੇ ਇੱਥੇ ਤੇਨੇ ਗਾਣੇ 8 ਗਾਣੇ ਬਾਬੀ 8 ਗਾਣੇ ਹੋਰ ਕੀ ਕਿਦਨੇ ਕਰਾਂਗੇ ਆਪਾਂ 10 ਵੀ ਹੋ ਸਕਦੇ ਆ ਹਲੇ ਥੋੜਾ ਜਾਂ ਦੇਖ ਰਹੀਆਂ ਮੈਨੂੰ ਪਤਾ ਹੀ ਆ ਕਿਦਾਂ ਦੂਜੀ ਕੀ ਜਾਣਾ ਕੀ ਆ ਹਾਲੀ ਹੋਲੀ ਕਰਤ ਨੇ ਕਹਿੰਦਾ ਕਿੰਨੇ ਗਾ ਰਿਆ ਰਹੇ ਕਹਿੰਦਾ 8 ਗਣੇ ਆ ਰਿਆ ਕਹਿੰਦਾ ਜਨਰ ਕੀ ਆ 20 ਹੱਸਣ ਲੱਗ ਗਿਆ ਇਹ ਤਾਂ ਮੇਨ ਨਾਲ ਵੀ ਜ਼ਿਆਦਾ ਹੱਸਦਾ ਉਹ ਔਜਲੇ ਫੇਕ ਬੜਾ ਹੱਸ ਜੇ ਨਹੀਂ ਵੀਡੀਓ ਸੁਣ ਹਾਂ ਇੱਥੋਂ ਦੇਖ ਵੀ ਆ ਇਹਨਾਂ ਕੋ ਆ ਗਿਆ ਆਪਣਾ ਮੋਲ ਬਾਈ ਬਾਜ਼ ਆ ਰਹੀ ਏ ਵੀਡੀਓ ਸਹੀ ਆ 10 ਗਾਣੇ ਕਰਦੇ ਉਸਤਾਦ ਕਹਿੰਦਾ ਮੋਹਲ ਘੈਂਟ ਜਿਹਾ ਲੱਗਦਾ ਨਾ ਕਰਨ ਔਜਲੇ ਦਾ ਬਾਈ ਬਾਜ਼ ਆ ਰਹੀ ਆ ਹੈ ਸਾਰਾ ਹੈ ਬੁਗੀ ਦੇ ਦੇ ਉਹ ਸਾਰਾ ਮੈਨੂੰ T40 T ਲੱਗਦਾ ਤੂੰ ਮੈਨੂੰ T40 T40 ਕੀ ਹੁੰਦਾ ਕਮੈਂਟ ਕਰਕੇ ਦੱਸੋ T4 T4 ਤਾਂ ਫਿਰ ਉਹੀ ਹੁੰਦਾ ਟੈਂਪੂ 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 ਹੁਣ ਮੈਂ ਆਪਦੇ ਨਾਮ ਘਟੇ ਜਿਹੜੀ ਆਪਾਂ ਨਹੀਂ ਕਹਿਆ ਤੂੰ ਦਾ ਆਪਾਂ ਪਹਿਲਾ ਅੱਖਰ ਕਹਿਦਾ ਹੈ ਬਾਈ ਘਬਰਾਇਆ ਨਾ ਕਰੋ ਆਪਾਂ ਕਹਿੰਨੀ ਆ T4 ਟੈਂਪੂ T40 ਸਮਝ ਗਏ ਹਾਂਜੀ ਹਾਂਜੀ ਆ ਰਹੀ ਆ ਰਹੀ ਆ ਮਾਈਕ ਆ ਗਿਆ ਬਾਈ ਮੇਰੀ ਗੱਲ ਸੁਣੋ ਸੀ ਹੁਣ ਸਹੀ ਚੱਲ ਰਿਹਾ ਸਾਡਾ ਆਪ ਇੰਟਰਨੈਟ ਵਧੀਆ ਨਾਲ ਹੋ ਰਹੀ ਆ ਤੇ ਹਾਂ ਬਾਬੇ ਐਲਬਮ ਯਾਰ ਵਧੀਆ ਚੱਲ ਰਹੀ ਏ ਸੰਤਾਰ ਸਿੰਘ ਤੂੰ ਦੇਖਿਆ ਯਾ ਲਾਸਟ ਈਅਰ ਵੀ ਆਪਾਂ ਇਕੱਠੇ ਸੀਗੇ ਹੂੰ ਜਿਵੇਂ ਲੋਕਾਂ ਨੂੰ ਆਏ ਹੁੰਦਾ ਵੀਖਣੀ ਇੱਕਦਮ ਹੀ ਬਣ ਜਾਂਦਾ ਤੈਨੂੰ ਦੇਖ ਲਾ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਆਪਾਂ ਦੋ ਤਿੰਨ ਗਾਣੇ ਉਦੋਂ ਵੀ ਬਣਾਏ ਲਾਸਟ ਈਅਰ ਸਾਹਮਣੇ ਵਾਸ ਆਦਨ ਵੈਨ ਇਟ ਵਾਸ ਜੂਨ ਇਟ ਵਾਸ ਜੂਨ ਮੂਵੀ ਕੱਟ ਕੇ ਆ ਸੀਗਾ ਯਾ 2022 ਦੀ ਜੂਨ ਆ ਨਾ ਯਾ ਯਾ ਨਾਜ਼ਲਾ ਭਾਜੀ ਨੇ ਮੜ ਜਰ ਲਿਖਿਆ ਰੋਹਿਆ ਹਨਾ ਆਪਾਂ ਮੜ ਜੀ ਬੀਟ ਬੂਟ ਬਣਾਤੀ ਆ ਦੋ ਭਾਜੀ ਹਨਾ ਆਪਾਂ ਕਰਨਾ ਭਾਈ ਨੇ ਲਿਖਿਆ ਲੁਗਿਆ ਕਰਨਾ ਭਾਈ ਨੇ ਲਿਖਿਆ ਲੁਗਿਆ ਮਾਹੌਲ ਘੈਂਟ ਆ ਯਾਰ ਆ ਭਾਈ ਨਾ ਰਿਐਲਿਟੀ ਹੁਣੀ ਚਾਹੀਦੀ ਆਈ ਨਾ ਵੀ ਲਾਈਵ ਹੋ ਗਿਆ ਤੇ ਜਿੱਦਾਂ ਹੈਗੇ ਆ ਉਦਾਂ ਹੀ ਨਾ ਬਹਿ ਗਏ ਮਿਊਜ਼ਿਕ ਬਣਾਉਂਦੇ ਬਣਾਉਂਦੇ ਵਧੀਆ ਗੱਲ ਆ ਯਾਰ ਸਾਡੇ ਭਾਈ ਨੇ ਲਿਖਿਆ ਲੁਗਿਆ ਲਿਖਿਆ ਲੁਗਿਆ ਭਾਈ ਬੜਾ ਪ੍ਰੋਡਿਊਸਿੰਗ ਪਟਾਸੀ ਕਰਦੀ ਚਾਹੇ bro ਆਈ ਨਹੀਂ ਵੀ ਲਾਈਕ ਭਾਂਚੋ ਸੌਰੀ ਯਾਰ ਚਾਹੇ ਬ్రో ਐਨੀ ਭੈਂਜੋ ਸੌਰੀ ਯਾਰ ਪੰਜਾਬੀ ਆ ਨਾ ਮੂੰਹ ਚੋ ਗਾਲ ਨਿਕਲ ਜਾਂਦੀ ਆ ਮੈਂ ਤੁਹਾਨੂੰ ਪਤਾ ਨਹੀਂ ਐਡੀਟ ਵਾਲੇ ਕਦੋਂ-ਕਦੋਂ ਕਿੰਨੀ-ਕਿੰਨੀ ਕੱਟ ਕਰਦਾ ਪਰ ਪੰਜਾਬੀ ਹੁਣ ਯਾਰ ਇਹ ਭੈਂਜੋ ਗਾਲ ਨਹੀਂ ਰਹੀ ਨਾ ਹੁਣ ਇਹ ਥੋੜਾ ਜਿਹਾ ਉਹ ਫੀਲਿੰਗ ਰਹਿ ਗਈ ਨਾ ਹੁਣ ਸਾਰੀ ਉਹ ਭੈਂਜੋ ਕਿੰਨੀ ਗੱਲ ਬਾਹ ਗੈਂਟ ਨਾ ਉਹ ਭੈਂਜੋ ਭੁੱਖ ਲੱਗੀ ਭੈਂਜੋ ਗਰਮੀ ਬਹੁਤ ਆ ਤਾਂ ਇਹ ਇੱਕ ਨਾ ਉਹ ਫੀਲਿੰਗ ਆ ਹੁਣ ਯਾਰ ਹਨਾ ਉਹ ਸੀਰੀਅਸ ਹੋ ਗਿਆ ਸੀ ਉਹਨੇ ਮੈਂ ਤਾਂ ਸਿੱਧੀ ਗੱਲ ਕਰ ਰਿਹਾ ਕੈਮਰੇ ਪਿੱਛੇ ਬੰਦਾ ਯਾਰ ਖੜਾ ਕਰਕੇ ਨਾ ਉਹ ਰੀਲ ਆ ਜਪਾਈ ਨਰਨਰ ਮਾਰੀ ਬੁਟੀ ਨਿਕਲ ਜਾਂਦੀ ਹੈ ਹਰ ਇੱਕ ਮੁੰਡੇ ਹੋਗੀ ਇੱਥੇ ਹੋ ਦੀਸ ਮੇਟੋ ਸਾਰਾ ਤੇਰੀ ਸਾ ਦੁਬਾਰਾ ਦੁਬਾਰਾ ਮਸੀਨ ਖਰਾਬ ਕਰਤਾ ਤੁਮਟ ਉਹ ਨਾ ਵੈਸੇ ਮੈਂ ਦੱਸਦਾ ਉਹਦੇ ਹੱਥ ਥੱਲੇ ਕੇ ਕਹਿੰਦਾ ਇੱਥੇ ਹੋਣੀ ਆ ਤੇਰੀ ਸਾ ਦੀਸ ਮੇਟੋ ਸਾਰਾ ਤੇਰੀ ਸਾ ਦੀਸ ਮੇਟੋ ਰੌਗ ਵੜ ਤਰ ਉਹਨੇ ਘਾੜ ਹੀ ਕਰਤੀ ਕਹਿੰਦਾ ਤੇਰੀ ਭੈਰ ਜੀ ਅੱਲੇ ਕਵੈਂਟ ਕਰਕੇ ਦੱਸਿਆ ਦੁਬਾਰਾ ਸੀਨ ਘੈਂਟਾ ਲੈ ਦੌੜ 걸 ਜਿਓ ਤੇਰੀ ਭੈਣ ਦੀ ਨੀਲਾ ਛਪਾਈ ਤਾਰੇ ਨੇਰ ਮਾੜੀ ਮੁੱਟੀ ਨਿਕਲ ਜਾਂਦੀ ਹਰੇ ਗੁੰਦੇ ਤੋਂ ਨਿਕਲ ਜਾਂਦੀ ਨਿਕਲ ਜਾਂਦੀ ਅੱਜ ਨਿਕਲ ਜਾਂਦੀ ਹੋ ਗਈ ਤੇਰੀ ਭੈਣ ਦੀ ਲੋਗ ਵਰਡ ਓਏ ਅੱਛਾ ਇਹਦੇ ਤਾਂ ਨਾ ਮੀਮ ਵੀ ਬਣੇ ਨੇ ਕਿਸੇ ਨੇ ਪਾਈ ਸੀਗੇ ਮੀਮ ਮੈਂ ਤਾਨੂੰ ਇੰਸਟਾਗ੍ਰਾਮ ਤੇ ਦੇਖੋ ਨਾ ਵਾ ਸੋ ਯਾਰ ਇੰਸਟਾਗ੍ਰਾਮ ਤੇ ਮੈਨੇ ਫੋਲੋ ਕਰ ਲਿਓ ਜਾ ਕੇ ਤੇ ਅੱਜ ਮੈਂ ਰੀਲ ਪਾਈ ਆ ਉਹ ਵੀ ਦੇਖ ਲਿਓ ਜਾ ਕੇ

ਬੇਟਾ ਮੇਰੀ ਮੋਛ ਸਿੱਧੀ ਹੈ ਪੂਰੀ ਸਿੱਧੀ ਹੈ ਤਿੱਖੀ ਮੋਛ ਹੈ ਰੋਲ ਹੋ ਗਿਆ ਜੀ ਅੱਜ ਜਬ ਆਪ ਦਾ ਰੋਲ ਹੋ ਆਪ ਦਾ ਪਦ ਨਿਕਲ ਗਿਆ ਤਾਂ ਉਹ ਜੋਕ ਸੇ ਪਾਰ ਲਓ ਜੀ ਆਪਕੇ ਸਾਹਮਣੇ ਪੇਸ਼ ਪੁਰਸਤੁਤ ਹੈ ਜੀ ਇਹ ਕਾਂਸ ਫੈਸਟੀਵਲ ਹੋ ਰਿਹਾ ਹੈ ਇਨਕਾਂ ਅੰਗਰੇਜ਼ੋਆਂ ਦਾ ਐਨੂਅਲ ਡੇ ਫੰਕਸ਼ਨ ਬੇੜਾ ਗਰਕਪ੍ਰੋ ਮੈਕਸ ਹੈ ਜੀ ਜੋ ਇਸki ਪੋਸ਼ਾਕ ਹੈ ਨਾ ਐਸ਼ ਕੀ ਇਸ ਕੋ ਦੇਖ ਕੇ ਮੋਦੀ ਜੀ ਨੇ 2000 ਦਾ ਨੋਟ ਬੰਦ ਕਰ ਦਿਆ ਕੋਈ ਲੌਜੀਕ ਨਹੀਂ ਤਾਂ ਨਾ ਮੇਰੀ ਬਾਤ ਕਾ ਨਾ ਮੋਦੀ ਜੀ ਕਾ ਨਾ ਅੱਛਾ 2000 ਦਾ ਨੋਟ ਬੰਦ ਹੋ ਗਿਆ ਤੇ ਮੈਨੂੰ ਕੁਝ ਫਰਕ ਨਹੀਂ ਪਿਆ ਯਾਰ ਐਕਚੁਅਲੀ ਕਦੇ ਕੈਸ਼ ਰ ਬਿਲਕੁਲ ਵੀ ਮਤਲਬ ਸਾਰਾ ਆਪਣਾ ਇੱਕ ਨੰਬਰ ਦਾ ਪਿਆ ਜਿੰਨਾ ਵੀ ਹੁੰਦਾ ਮਾੜਾ ਮੋਟਾ ਬਈ ਆਨਲਾਈਨ ਹੀ ਹੁੰਦਾ ਨਾ ਸਾਡਾ ਸਾਰਾ ਤੇ ਇੱਕ ਵੀ ਕੈਸ਼ ਨਹੀਂ ਤੋ ਦੱਸਿਓ ਕਿਹਦੇ ਕਿਹੜੇ ਕੋਲ ਕੈਸ਼ ਪਿਆ ਸੀਗਾ 2000 ਦੇ نوٹ ਮਤਲਬ ਐ ਨਹੀਂ ਹੋਇਆ ਵੀ ਬੰਦੀ ਹੋ ਗਏ ਬਈ ਤੁਸੀਂ ਬੈਂਕ ਚ ਜਮਾ ਕਰਾ ਸਕਦੇ ਹੋ ਫਿਰ ਜੋ ਜਮਾ ਕਰੋ ਜਾਉਂਗੇ ਜਿਨ੍ਹਾਂ ਕੋਲ ਜਿਆਦਾ ਨਜਾਇਜ਼ ਪਏ ਨੇ ਉਹਨਾਂ ਨੂੰ ਫਿਰ ਉਹ ਉਹ GST GST ਨਾਲ ਜਿਹੜਾ ਉਹ KYC ਸਾਰਾ ਕੁਝ ਦੇਣਾ ਪੈਣਾ ਹੈ ਨਾ ਹੁਣ ਟੈਕਸ ਟੁਕਸ ਜਿਆ ਸੋ ਇਹ ਵਧੀਆ ਇੱਕ ਸੀਗਾ ਸਿਸਟਮ ਵੀ ਜੋ ਵੀ ਸੀਗਾ ਬਈ ਦੇਸ਼ ਦਾ ਜਿੰਨਾ ਹੇਗਾ ਵੀ ਬਲੈਕ ਮਨੀ ਜੀ ਸਾਰੀ ਉਹ ਕਰਨ ਨੂੰ ਇੰਪਰੂਵ ਪਰ ਯਾਰ ਕਹਿੰਦੇ ਜੁਗਵਾੜੀਆਂ ਕੋਲ ਜੁਗਵਾੜ ਬੜੇ ਹੁੰਦੇ ਨੇ ਤੇ ਜਿਨ੍ਹਾਂ ਕੋਲ ਬਹੁਤ ਅੰਤਾਂ ਚਾ ਉਹਨਾਂ ਦੀ ਪੱਲੀ ਸੈਟਿੰਗ ਹੁੰਦੀ ਆ ਇਹ ਕਹਿੰਦੇ ਨੇ ਇਹ ਕਹਿੰਦੇ ਨੇ ਚਾਰ ਬੰਦੇ ਮੈਨੂੰ ਨਹੀਂ ਪਤਾ ਮੈਂ ਤਾਂ ਸੁਣੀ ਸੁਣਾਈ ਗੱਲ ਦੱਸਾਂ ਸੋ ਆ ਰੀਲ ਆ ਯਾਰ ਦੇਖੇ ਜਾ ਕੇ ਇੰਸਟਾਗ੍ਰam ਤੇ ਮੈਂ ਇੱਥੇ ਦਿਖਾਦੀ ਫਿਰ ਤੂੰ ਦੇਖਣ ਨਹੀਂ ਜਾ ਕੇ ਅਮਨ ਓਈਲਾ ਜਾ ਕੇ ਮੈਨੂੰ ਕਰ ਵੀ ਲਿਓ ਤੇ ਯਾਰ ਮੈਂ ਇੱਕ ਨਵੀਂ ਚੀਜ਼ ਹੋਰ ਇੰਸਟਾਗ੍ਰam ਤੇ ਚੈਨਲ ਬਣਾਤਾ ਇੱਕ ਹੋਰ ਮੈਂ ਮੈਨੂੰ ਲੱਬਣਾ ਪੈਣਾ ਇੱਥੇ ਮੈਨੂੰ ਹਣ ਕਿੱਥੋਂ ਕਲੱਬਦਾ ਹੁੰਦਾ ਸੇਵਡ ਇੱਥ ਉੱਥੇ ਜਾ ਕੇ ਦੇਖ ਲਿਓ ਇਹ ਮੈਂ ਜੇ ਪ੍ਰੋਫਾਈਲ ਤੇ ਚਲਾ ਗਿਆ ਤਾਂ ਮੇਰੀ ਸਟੋਰੀਆਂ ਚੈੱਕ ਕਰ ਲਓ ਜਾ ਕੇ ਉੱਥੇ ਤੁਹਾਨੂੰ ਮਿਲ ਜੂਗਾ ਉੱਥੇ ਮੈਂ ਚੈਨਲ ਬਣਾਇਆ ਉੱਥੇ ਆਪਾਂ ਗੱਲਾਂ ਬਾਤਾਂ ਕਰ ਸਕਦੇ ਆ ਚਲੋ ਆਜੋ ਵਾਪਸ ਆਪਾਂ ਇੱਕ ਵਾਰ ਹੋਰ ਇਹਦੀ ਗਾਲ ਜੀ ਜੜੀਆਂ ਨੇ ਘੱਡੀ ਸੀ ਨਾ ਮੈਂ ਸਿੰਪਲ ਜਿਹਾ ਬੋਝਾਂ ਪਰ ਮੇਰੇ ਤੇ ਬੜਾ ਕਿ ਚਾਲੀ ਸਗਾ 10 ਸਵੇਰ ਕਿ ਅ ਅ ਕੰਨ ਨਹੀਂ ਆਇਆ ਇਸ ਵਾਰ ਸਿਕ ਕਾਉਂਟਾ ਲਾ ਦੋ ਲਾਤਾ ਰਹੇ ਨਹੀਂ ਹਾਂ ਲਿਨਿਆ ਦੇ ਗਾਰੰਟੀ ਰਿਤਾ ਇੰਨੀ ਚ ਲੰਗੇ ਆ ਵੀ ਇਦਾਂ ਦੀ ਚੀਜ਼ ਵੀ ਹੋਈ ਉਹ ਤੋਂ ਇਦਾਂ ਦੀ ਚੀਜ਼ ਉਹ ਚੀਜ਼ ਦੇਖ ਕੇ ਤਾਂ ਲੱਗਦਾ ਵੀ ਫੱਕੇ ਅਰੇ ਇਦਾਂ ਦੀ ਚੀਜ਼ ਕਿਵੇਂ ਲੰਗੇ ਹਨਾ ਵੀ ਕਈ ਹਾਦਸੇ ਕਈ ਹਿੱਸੇ ਜਮਨ ਮੈਂ ਇੱਥੇ ਵੀ ਰਹਿੰਦਾ ਰੁੰਦਾ ਰਿਆਂ ਉਦੋਂ ਪਿੱਛੇ ਜਦੋਂ ਆਪਾਂ ਹੀ ਮਿਲੇ ਸੀ ਮੈਂ ਨਾਲ ਲਗਾਉਣਾ ਸੀ 6 ਸਾਲ ਪਹਿਲਾਂ ਅਸੀਂ ਤੋ ਯਾਰ ਇਹ ਤਾਂ ਲਾਈਵ ਮੈਂ ਹੁਣ ਇਹਦੀ ਵੀਡੀਓ ਪੂਰੀ ਨਹੀਂ ਬਣਾ ਸਕਦਾ ਲਾਈਵ ਜਾ ਕੇ ਦੇਖ ਲਿਓ ਕਰਨੋ ਵਾਲਾ ਚੈਨਲ ਤੇ ਆਪਾਂ ਬਾਕੀ ਅ ਕਮੈਂਟਸ ਪੜਦੇ ਆ no one can may no one can match his comedy his writing behavior ogla is such a legend bro can't wait for album heat will rise soon डिलेटेड सीन वॉज एपिक विरे अच्छा एलीटेड सीन ने ना मतलब एन पाए नहीं हो इंटरनेट से मिल जाएगे हो हिज लाइफ स्ट्रीम इज मोर फनी दैन अ पंजाबी मूवी आहो सही गल है यार आई एप्रिशिएट दिस स्ट्रीम मोस्टली द लास्ट पार्ट अबाउट द डीप थिंकिंग ऑफ यू करन वी ऑल आर वेटिंग फॉर समर एल्बम ईगरली अट्ठ गाने एल्बम् आ रही बहुत जल्द ਬਹੁਤ ਗੈਂਡ ਯਾਰ ਕਰਨੋਈਲਾ ਵੈਸੀ ਹੀ ਆਪਣਾ ਵਧੀਆ ਰਿਆ ਬਣਾ ਘੈਂਟ ਵੀ ਗੱਲਬਾਤ ਆ ਬਾਈ ਦੀ ਬਈ ਰਾਈਮਿੰਗ ਤੇ ਕੰਪੋਜੀਸ਼ਨ ਮੈਟਰ ਹੈ ਨਾ ਬਹੁਤ ਵਧੀਆ ਜਿਹੜੇ ਉਹ ਆ ਜਬ ਮੈਕਸੀਕੋ ਚਲੀਏ ਘੈਂਟ ਨਾ ਸਾਰੀ ਕੰਪੋਜੀਸ਼ਨਸ ਤੇ ਹੁਣ ਜਿਹੜਾ ਫਲੇਵਰ ਕੱਢਿਆ ਸੀ 21 ਨਾਲ ਉਹ ਬੜਾ ਗੈਂਟ ਸੀਗਾ ਤੇ ਹੁਣ ਜਿਹੜਾ ਆਊਗਾ ਉਹ ਵੀ ਗੈਂਟ ਹੀ ਹੋਊਗਾ ਸੋ ਬਾਕੀ ਯਾਰ ਮੈਂ ਆਪਣੇ ਮੇਨ ਚੈਨਲ ਤੇ ਪਾਇਆ ਸੀਗਾ ਪੋਡਕਾਸਟ ਅਮਨ ਉਹਜਲਾ ਪੋਡਕਾਸਟ ਸੋ ਆ ਪੋਡਕਾਸਟ ਜਾ ਕੇ ਦੇਖਿਓ ਯਾਰ ਇਹ ਫਨ ਪੋਡਕਾਸਟ ਬਹੁਤ ਵਧੀਆ ਵੀ ਗੱਲਾਂ ਹੋਈਆਂ ਸੀ ਟੋਕਰਾ ਟੀਵੀ ਵਾਲੇ ਆ ਉਹੀ ਸ਼ਰਨ ਵਾਜੀਵਾ ਮੁੰਡਾ ਕੁੜੀ ਨਾਲ ਸੋਣਾ ਕੁੜੀ ਮੁੰਡੇ ਨਾਲ ਸੋਣੀ ਸੋ ਮੈਂ ਆ ਚੈਪਟਰਸ ਬਣਾਏ ਹੋਏ ਆ ਤੁਹਾਨੂੰ ਇੱਥੋਂ ਪਤਾ ਲੱਗ ਜੂ ਵੀ ਕਿ ਜੀ ਕਿਸ ਬਾਰੇ ਗੱਲ ਹੋਈ ਆ ਹਾਂ ਥੋੜਾ ਲੈਂਥੀ ਐਪੀਸੋਡ ਹੁੰਦਾ ਲਾਈਕ 47 ਮਿੰਟਸ ਦਾ ਆਈ ਨੋ ਗਾਇਸ ਤੁਹਾਨੂੰ ਸ਼ਾਰਟ ਵੀਡੀਓਜ਼ ਦੇਖਣੀ ਪਸੰਦ ਆ ਲੇਕਿਨ ਇਹਨੂੰ ਵੀ ਅਪਰੀਸ਼ੀਏਟ ਕਰਿਆ ਕਰੋ ਥਿਸ ਇਜ਼ ਮਾਈ ਕੁਆਲਿਟੀ ਕੰਟੈਂਟ ਠੀਕ ਹੈ ਜੀ ਜਾ ਕੇ ਸਬਸਕ੍ਰਾਈਬ ਵੀ ਕਰ ਦਿਓ ਤੇ ਬਾਕੀ ਮੈਂ ਯਾਰ ਆਪਣਾ ਜਿਹੜਾ ਅਮਨ ਔਜਲਾ ਲਾਈਵ ਚੈਨਲ ਹੈ ਜੀ ਐਕਟਿਵ ਹੋ ਗਿਆ ਮੈਂ ਕੋਸ਼ਿਸ਼ ਕਰਦਾ ਉਹਨਾਂ ਇੱਕ ਦੋ ਦਿਨ ਚ ਇੱਕ ਵੀਡੀਓ ਆ ਜੇ ਠੀਕ ਹੈ ਜੀ ਬਾਕੀ ਗੋਬਿੰ다 ਸਰਦਾਰ ਤੇ ਤੁਸੀਂ ਆ ਵੀਡੀਓ ਨੂੰ ਤਾਂ ਪਿਆਰ ਦਿੱਤਾ ਸੀ ਰਿਐਕਸ਼ਨ ਵੀਡੀਓ ਨੂੰ ਮੈਂ ਮੇਨ ਰੋਸਟ ਵੀਡੀਓ ਮੇਨ ਚੈਨਲ ਤੇ ਲੈ ਕੇ ਆ ਰਿਹਾ ਹਾਂ ਗੋਬਿੰ다 ਸਰਦਾਰ ਤੇ ਖਤਰਨਾਕ ਰੋਸਟ ਵੀਡੀਓ ਸੋ ਉਹਦੀ ਵੀ ਵੇਟ ਕਰਦੇ ਰਹੋ ਠੀਕ ਹੈ ਆ ਜੂਗੀ ਚਲੋ ਗਾਇਸ ਚਲੋ ਗਾਇਸ ਚਲੋ ਗਾਇਸ ਮੈਂ ਲੈਣਾ ਤੁਹਾਡਾ ਇਜਾਜ਼ਤ ਤੇ ਮਿਲਦੇ ਆ नेक्स्ट ਵੀਡੀਓ ਵਿੱਚ ਤਦ ਤੱਕ ਲਈ ਕਹਦਾ ਫਿਰ ਵਧੀਆ ਫਿਰ